ਅਗਲੀ ਕਮਾਂਤਰੀ ਖਬਰ ਦੇ ਵੱਲ ਵਧਦੇ ਤੇ ਰੁੱਖ ਕਰ ਗਏ ਫਰਾਂਸ ਦਾ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਸ਼ੂਟਿੰਗ ਦੀ ਇੱਕ ਘਟਨਾ ਵਾਪਰੀ ਹੈ ਉੱਥੋਂ ਦੇ ਜਿਹੜੇ ਮੀਡੀਆ ادارے ਨੇ ਰਿਪੋਰਟ ਕਰ ਰਹੇ ਨੇ ਕਿ ਇਸ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਤੋਂ ਵੱਧ ਲੋਕ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ 69 ਸਾਲ ਦੇ ਦੋਸ਼ੀ ਨੂੰ ਜਿਹੜਾ ਕਿ ਇਸ ਘਟਨਾ ਦੇ ਵਿੱਚ ਦੋਸ਼ੀ ਸ਼ੱਕੀ ਮੰਨਿਆ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਮੀਡੀਆ ਨੇ ਪੁਲਿਸ ਨੇ ਉੱਥੋਂ ਦੇ ਮੀਡੀਆ ਆਦਾਰਾਂ ਨੇ ਇਹਦੀ ਪੁਸ਼ਟੀ ਕੀਤੀ ਹੈ ਤੇ ਸੈਂਟਰਲ ਪੈरिस ਦੇ ਵਿੱਚ ਇਲਾਕਾ ਇੱਕ ਸੈਂਟ ਡੈਨਿਸ ਮਾਰਕੀਟ ਉੱਥੇ ਇਹ ਫਾਇਰਿੰਗ ਦੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਇਹਦੀ ਜਾਂਚ ਕੀਤੀ ਜਾ ਰਹੀ ਹੈ ਸਾਰੇ ਬਾਜ਼ਾਰ ਜਿਹੜੇ ਬੰਦ ਕਰ ਦਿੱਤੇ ਗਏ ਐ ਹਮਲਾ ਕਿਸ ਮਨਸ਼ਾ ਦੇ ਨਾਲ ਕੀਤਾ ਗਿਆ ਇਹਦੀ ਜਾਣਕਾਰੀ ਹਲੇ ਤੱਕ ਨਹੀਂ ਮਿਲੀ ਆ ਪਰ ਇਹਨਾਂ ਜ਼ਰੂਰ ਆ ਕੁਝ ਪੁਲਿਸ ਅਫਸਰਾਂ ਦਾ ਕਹਿਣਾ ਕਿ ਕੁਰਦਿਸ਼ ਕਮਿਊਨਿਟੀ ਸੈਂਟਰ ਦੇ ਕੋਲੇ ਇਹ ਗੋਲੀਬਾਰੀ ਕੀਤੀ ਗਈ ਹੈ ਤੇ ਹੋ ਸਕਦਾ ਹੈ ਕਿ ਇਹ ਨਸਲੀ ਹਮਲਾ ਹੋਣ ਦੇ ਸੰਕੇਤ ਮਿਲਣ ਕਿਉਂਕਿ ਇੱਥੇ ਈਰਾਨ ਤੋਂ ਆਉਣ ਵਾਲਾ ਜਿਹੜਾ ਕੁਰਦ ਪਾਈਚਾਰਾ ਉਹਦੇ ਲੋਕ ਵਾਸਤੇ ਹੈ ਤੇ ਇਹ ਅਜੀਹਾ ਵੀ ਲੱਗਦਾ ਹੈ ਵੀ ਇਹ ਨਸਲੀ ਹਮਲਾ ਹੋ ਸਕਦਾ ਹੈ ਫਿਲਹਾਲ ਹਮਲੇ ਦੀ ਅਸਲੀ ਜਿਹੜੀ ਵਜ੍ਹਾ ਹੈ ਉਹ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਹਮਲਾਵਰ ਦੇ ਬਾਰੇ ਉਹਨਾਂ ਕਹੇ ਕਿ ਇਹ ਫਰਾਂਸ ਦਾ ਹੀ ਨਾਗਰਿਕ ਹੈ ਤੇ ਉਸਤੇ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਕਰਨ ਦੇ ਮਾਮਲੇ ਜਿਹੜਾ ਦਰਜਾ 2016-2021 ਦੇ ਵਿੱਚ ਉਹਨੇ ਕੁਝ ਬੰਦਿਆਂ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਕੌਨਸਪਿਰੈਂਸੀ ਦੇ ਵਿੱਚ ਕੁਝ ਕਤਲਾਂ ਦੀ ਜਾਂਚ ਦੇ ਵਿੱਚ ਵੀ ਉਹਦਾ ਜਿਹੜਾ ਨਾਮ ਪਗੋਲਦਾ ਸੀਗਾ ਪਰ ਉਹਨੂੰ ਕਦੇ ਵੀ ਡਿਟੇਨ ਨਹੀਂ ਸੀ ਕੀਤਾ ਗਿਆ ਅ ਇੱਕ ਉਥੋਂ ਦਾ ਜਿਹੜਾ ਲੋਕਲ ਕਾਰੋਬਾਰੀ ਹੈ ਉਹਨੇ ਕਿਹਾ ਜਿਹੜਾ ਚਸ਼ਮਦੀਦ ਵੀ ਹੈ ਉਹਨੇ ਕਿਹਾ ਕਿ ਇਹ ਬੰਦਾ ਅਚਾਨਕ ਆਇਆ ਤੇ ਇਹਨੇ ਅੰਨੇ ਵਾਹ ਗੋਲੀਆਂ ਚਲਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਅੱਠ ਗੋਲੀਆਂ ਦੀ ਆਵਾਜ਼ ਤਾਂ ਕਹਿੰਦਾ ਮੈਂ ਸੁਣੀ ਉਸ ਤੋਂ ਬਾਅਦ ਮੈਂ ਵੀ ਭੱਜਿਆ ਵਾਂ ਤੇ ਮੈਂ ਵੀ ਆਪਣੇ ਬਚਾਅ ਦੇ ਲਈ ਜਿਹੜਾ ਉਹ ਦੌੜਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਅਫੜਾ ਤਫੜੀ ਮੱਚੀ ਆ ਤੇ ਦੇਸ਼ ਦੀ ਰਾਜਧਾਨੀ ਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਪਰੇਸ਼ਾਨ ਕਰਨ ਵਾਲੀ ਹੈ ਤੇ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਕਹਿੰਦੇ ਕਿ ਟੂਰਿਸਟ ਪਹਿਲਾਂ ਹੀ ਇੰਨਾਂ ਇਲਾਕਿਆਂ ਦੇ ਵਿੱਚ ਆਉਣ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਆ ਹੁਣ ਜੀ ਜੀ ਸੋ ਬਿਲਕੁਲ 69 ਸਾਲਾਂ ਦਾ ਇਹ ਬੰਦਾ ਹੈ ਜਿਸ ਨੂੰ ਅਰੈਸਟ ਕੀਤਾ ਗਿਆ ਹੈ ਗੁਰਦੇਸ਼ ਜੋ ਕਲਚਰਲ ਸੈਂਟਰ ਆ ਉੱਥੇ ਇਸਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਜਿਹੜਾ ਮਾਰਿਆ ਹੈਗਾ ਹੈ ਤੇ ਅ ਪਿਛਲੇ ਕਾਫੀ ਸਮੇਂ ਤੋਂ کوردستان ਡੈਮੋਕਰੇਟਿਕ ਕਾਉਂਸਲ ਫਰਾਂਸ ਦੀ ਉਹ ਕਹਿ ਰਹੀ ਆ ਕਿ ਸਾਡੇ ਨਾਲ ਤਕਾ ਹੁੰਦਾ ਆ ਫਰਾਂਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ ਹੇਟ ਕਰਾਈਮ ਹੁੰਦੇ ਹੈਗੇ ਆ ਅ ਇਸ ਤੋਂ ਪਹਿਲਾਂ ਕੁਝ ਲੜਾਈ ਝਗੜੇ ਵੀ کوردستان ਲੋਕਾਂ ਦੇ ਨਾਲ ਜੋ ਉੱਥੇ ਦੀ ਹੋਰ ਕਮਿਊਨਿਟੀ ਆ ਉਹਨਾਂ ਦੇ ਹੋਏ ਸੀ ਸੋ ਇਸ ਹਮਲੇ ਤੋਂ ਬਾਅਦ ਕਾਫੀ ਉੱਥੇ ਝੜਪਾਂ ਵੀ ਹੋਈਆਂ ਪੁਲਿਸ ਦੇ ਨਾਲ ਉਹਨਾਂ ਨੇ ਜੋ ਫਰਨੀਚਰ ਵਗੈਰਾ ਨੂੰ ਅੱਗ ਲਾਈ ਹੋਰ ਸੜਕਾਂ ਵੀ ਜੋ ਬੰਦ ਕਾਨੀਆਂ ਪੀਆਂ ਇੱਥੋਂ ਤੱਕ ਕਿ ਫਰਾਂਸ ਦੇ ਪ੍ਰਾਈ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਨੂੰ ਫੇਸ ਸਟੇਟਮੈਂਟ ਦੇਣੀ ਪਈ ਪੀਪਲਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਹਿੰਮਤ ਦੇ ਨਾਲ ਆ ਇਹ ਸਾਰਾ ਕੁਝ ਹੈਂਡਲ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਬਈ ਜੋ ਕਰਦਿਸ਼ ਕਮਿਊਨਿਟੀ ਆ ਉਹ ਉਹਨਾਂ ਦੇ ਉੱਤੇ ਬਹੁਤ ਹੀ ਘਣਾਉਣਾ ਹਮਲਾ ਕੀਤਾ ਗਿਆ ਤੇ ਆਪਾਂ ਉਹਨਾਂ ਦੀ ਨਿੰਦਾ ਕਰਦੇ ਆ ਤੇ ਅਸੀਂ ਪੂਰੀ ਜੋ ਕਰਦਿਸ਼ ਕਮਿਊਨਿਟੀ ਆ ਉਹਨਾਂ ਦੇ ਨਾਲ ਹੈਗੇ ਆ ਇਹ ਅਟੈਕ ਆਲਮੋਸਟ ਦਸਾਂ ਸਾਲਾਂ ਬਾਅਦ ਵਾਪਰਿਆ ਆ ਸੇਮ ਕਰਦਿਸ਼ ਕਮਿਊਨਿਟੀ ਦੇ ਉੱਤੇ ਜਨੂਰੀ 2013 ਦੇ ਵਿੱਚ ਤਿੰਨ ਬੀਬੀਆਂ ਨੂੰ ਮਰਡਰ ਕਰ ਦਿੱਤਾ ਗਿਆ ਸੀਗਾ ਇੱਕ ਉਹਨਾਂ ਦੇ ਵਿੱਚੋਂ ਕੋ-ਫਾਊਂਡਰ ਵੀ ਸੀਗੀ کوردستان ਵਰਕਰਜ਼ ਪਾਰਟੀ ਦੀ ਜੀ ਸੋ ਇਹ ਫਰਾਂਸ ਤੋਂ ਖਬਰ ਆ ਰਹੀ ਆ